ਹੁਣ ਪੰਜਾਬੀਆਂ ਚੋਂ ਦਮ ਹੀ ਰਿਹਾ। ਇਹ ਅੱਧਾ ਘੰਟਾ ਬੈਠਣਗੇ ਤੇ ਮੁੜ ਕੇ ਧਰਨੇ ਤੋਂ ਭੱਜ ਜਾਣਗੇ। ਇਹ 10 ਦਿਨ ਸੜਕਾ ਜਾਮ ਨਹੀਂ ਕਰ ਸਕਦੇ। ਆ ਕਿਸਾਨ ਅੰਦੋਲਨ ਹੋਇਆ ਆਪਣੀ ਜ਼ਿੰਦਗੀ ਚ। ਲਾਅ ਐਂਡ ਆਰਡਰ, ਨਸ਼ਾ ਤੇ ਕਰਜ਼ੇ ਦੇ ਮਸਲੇ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਸਿਆ ਤੇ ਨਾਲ ਹੀ ਪੰਜਾਬੀਆਂ ਤੇ ਵੀ ਸਵਾਲ ਖੜੇ ਕਰ ਦਿੱਤੇ ਨੇ। ਕੀ ਅੱਜ ਦੀਆਂ ਸਰਕਾਰਾਂ ਨੂੰ ਪਤਾ ਹੈ ਕਿ ਹੁਣ ਪੰਜਾਬੀਆਂ ਚੋਂ ਦਮ ਨਹੀਂ ਰਿਹਾ। ਇਹ ਅੱਧਾ ਘੰਟਾ ਬੈਠਣਗੇ ਤੇ ਮੁੜ ਕੇ ਧਰਨੇ ਤੋਂ ਭੱਜ ਜਾਣਗੇ। ਇਹ 10 ਦਿਨ ਸੜਕਾਂ ਜਾਮ ਨਹੀਂ ਕਰ ਸਕਦੇ। ਇਸ ਕਰਕੇ ਅੱਜ ਦੀਆਂ ਸਰਕਾਰਾਂ ਜ਼ਾਲਮ ਹੋ ਗਈਆਂ। ਆ ਕਿਸਾਨ ਅੰਦੋਲਨ ਹੋਇਆ ਆਪਣੀ ਜ਼ਿੰਦਗੀ ਚ। ਮੇਰੀ 45 ਸਾਲਾਂ ਦੀ ਉਮਰ ਚ ਇਹ ਅੰਦੋਲਨ ਵੇਖਿਆ, ਪਹਿਲਾਂ ਇਤਿਹਾਸ ਵੇਖਿਆ ਸੀ। ਮੋਦੀ ਬੜਾ ਜਾਬਰ ਸੀ ਯਾਰ, ਅੱਜ ਇਹਨਾਂ ਨੇ ਜਾਣਾ। ਨੌਜਵਾਨੋ ਚਲੇ ਜਾਓ ਬਾਈ, ਜੇ ਬਹਿਣਾ ਤਾਂ 2 ਮਿੰਟ ਬਹਿ ਜਾਓ। ਉਹ ਚਿੱਟੀਆਂ ਦਾੜੀਆਂ ਵਾਲੇ ਆ ਜਿਹੜੇ ਬੈਠੇ ਹੈ, ਆ ਚਿੱਟੀਆਂ ਦਾੜੀਆਂ ਵਾਲੇ ਬੈਠੇ ਜਿਹੜੇ ਮੇਰੇ ਬਾਬੇ ਤੇ ਮੇਰੀਆਂ ਮਾਵਾਂ ਤੇ ਭੈਣਾਂ, ਇਹਨਾਂ ਨੇ ਫਰਜ਼ ਕਰ ਲਿਆ। ਇਹ ਕਹਿੰਦੇ ਮਰਾਂਗੇ ਜਾਂ ਲੜਾਂਗੇ ਤੇ ਬਾਰਡਰ ਤੋਂ 750 ਸਾਡੇ ਪੰਜਾਬ ਦੇ ਕਿਸਾਨ ਸ਼ਹੀਦ ਹੋ ਕੇ ਆਏ ਤੇ ਫਿਰ ਮੋਦੀ ਜਾਬਰ ਨੇ ਆਪਦਾ ਫੈਸਲਾ ਲਿਆ ਤੇ ਤੁਸੀਂ ਕਹਿੰਦੇ ਹੋ ਧਰਨਾ ਲਾਉਣ ਆਏ ਹੋ। ਅੱਧਾ ਘੰਟਾ ਨਹੀਂ ਬੰਦਾ ਬਹਿ ਸਕਦਾ ਤਾਂ ਉਹ ਪੰਜਾਬ ਦਾ ਰਾਖਾ ਨਹੀਂ ਬਣ ਸਕਦਾ। ਅੱਜ ਪੰਜਾਬ ਦੇ ਬੜੇ ਹਾਲਾਤ ਮਾੜੇ ਨੇ ਸਾਥੀਓ, ਮੇਰੀ ਤੁਹਾਨੂੰ ਬੇਨਤੀ ਹੈ, ਅੱਜ ਜਿਹੜੇ ਪੰਜਾਬ ਦੀਆਂ ਲੋਕ ਗੱਲਾਂ ਕਰਦੇ ਸਨ, ਕਿਸੇ ਨੇ ਲਿਖਿਆ ਲੱਗੀ ਨਜ਼ਰ ਪੰਜਾਬ ਨੂੰ, ਤੇਰੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕਾਲੀਆਂ ਇਹਦੇ ਸਿਰ ਤੋਂ ਵਾਰੋ। ਅੱਜ ਮੇਰੇ ਪੰਜਾਬ ਨੂੰ ਨਜ਼ਰ ਲੱਗੀ ਹੈ। ਅੱਜ ਪੰਜਾਬ ਦੇ ਇੱਕ ਇੱਕ ਬੱਚੇ ਦੀਆਂ ਨਸਾਂ ਦੇ ਵਿੱਚ ਜ਼ਹਿਰ ਵੜ ਚੁੱਕਿਆ ਹੈ, ਲੇਕਿਨ ਪੰਜਾਬ ਬੇਵੱਸ ਨਜ਼ਰ ਆ ਰਿਹਾ ਹੈ। ਅੱਜ ਪੰਜਾਬ ਬੇਵੱਸ ਨਜ਼ਰ ਆ ਰਿਹਾ ਹੈ। ਪੰਜਾਬ ਖੁਸ਼ਹਾਲ ਕਿੱਦਾਂ ਹੋਏਗਾ ਜਿਸ ਦੀ ਨਸਲ ਦੇ ਵਿੱਚ ਦਿਨ ਬਦਿਨ ਜ਼ਹਿਰ ਭਰਿਆ ਜਾ ਰਿਹਾ ਹੈ ਤੇ ਜਿਹਦੇ ਹਾਲਾਤ ਇੰਨੇ ਮਾੜੇ ਹੋ ਗਏ ਹੈ ਕਿ ਦਿਨ ਦਿਹਾੜੇ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਆ ਕੱਲ ਸਰਪੰਚ ਸੋਨੂ ਆਮ ਆਦਮੀ ਪਾਰਟੀ ਚਲਾ ਗਿਆ ਸੀ, ਪਹਿਲਾਂ ਕਾਂਗਰਸ ਹੁੰਦਾ ਸੀ, ਚੁਣਾਵ ਲੜਿਆ, 23,000 ਵੋਟ ਬੜੀ ਤਰਨ ਚੋਂ ਤੇ ਕੱਲ ਨੂੰ ਨਾਈ ਦੀ ਦੁਕਾਨ ਤੇ ਵਾਲ ਕਟਾਉਂਦਿਆਂ ਪਰਸੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸਿੱਧੂ ਮੂਸੇਵਾਲੇ ਦੀ ਮਾਂ ਹਜੇ ਚੀਕਾਂ ਮਾਰ ਮਾਰ ਕੇ ਬਲਕੌਰ ਸਿੰਘ ਆਪਦੇ ਇਨਸਾਫ਼ ਵਾਸਤੇ ਰੋ ਰਿਹਾ ਤੇ ਗੈਂਗਸਟਰ